The Harpreet Singh Show, today's special episode, which you all are doing, hardik swagat. Today, my saath hunda hai Monday to Friday, sure 8 to leke 9 baje tak. Monday to Thursday, raat nu 10 to leke 11 baje tak. Ate shanichwar nu 2 vari saanj paane ha, dopahar nu 2 to leke 3 baje tak. Ate raat 8 to leke 9 baje tak. Inna programs vich hamesha hi saadi koshish hundi hai ki tuhade tak oh information leke aaiye, jehdi ki saade jeevan naal relevance hai usdi. Aam taur utte ajj assi dekh rahe ha ki ik insaan jo hai, oh vandda ja rahe ha ik dusre naalon. ਜਿਹੜੇ ਕਿ ਸਾਨੂੰ ਇਨਸਾਨੀਅਤ ਦਾ ਮੈਸੇਜ ਸਾਡੇ ਗੁਰੂਆਂ ਨੇ ਸਾਡੇ ਪੈਗੰਬਰਾਂ ਨੇ ਦਿੱਤਾ ਉਹ ਅਸੀਂ ਥਿਓਰੈਟੀਕਲ ਤਾਂ ਉਸ ਨਾਲ ਅਸੀਂ ਜੁੜੇ ਰਹੇ ਹਾਂ ਲੇਕਿਨ ਪ੍ਰੈਕਟੀਕਲ ਤੌਰ ਦੇ ਉੱਤੇ ਕੀ ਅਸੀਂ ਉਹ ਚੀਜ਼ਾਂ ਨੂੰ ਫੋਲੋ ਕਰ ਰਹੇ ਹਾਂ ਪਰ ਦੂਸਰੇ ਪਾਸੇ ਇੱਕ ਐਸੀ ਵੀ ਲੋਕਾਂ ਦੇ ਵਿੱਚ ਸੋਚ ਹੈ ਜਿਹੜੇ ਬਲੀਵ ਕਰਦੇ ਨੇ ਕਿ ਰੱਬ ਐਗਜ਼ਿਸਟ ਨਹੀਂ ਕਰਦਾ ਅਤੇ ਉਹਨਾਂ ਦਾ ਮੰਨਣਾ ਹੈ ਕਿ ਇਹ ਰੱਬ ਦੇ ਨਾਂ ਦੇ ਉੱਤੇ ਲੋਕਾਂ ਨੂੰ ਡਰਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਇੱਕ ਧੰਦਾ ਬਣਾ ਦਿੱਤਾ ਗਿਆ ਹੈ ਸੋਚ ਹਰ ਇੱਕ ਦੀ ਆਪਣੀ ਆਪਣੀ ਹੁੰਦੀ ਹੈ ਅਤੇ ਮੀਡੀਆ ਦਾ ਫਰਜ਼ ਹੁੰਦਾ ਕਿ ਤੁਹਾਡੇ ਤੱਕ ਸਾਰੀ ਸੋਚ ਜੋ ਹੈ ਲੈ ਕੇ ਆਈਏ ਅਤੇ ਤੁਸੀਂ ਆਪ ਨਿਰਣਾ ਫੈਸਲਾ ਕਰੋ ਕਿ ਸੱਚ ਹੈ ਜਾਂ ਕੀ ਗਲਤ ਹੈ ਉਸੇ ਸੰਬੰਧ ਵਿੱਚ ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ 'ਤੇ ਗੱਲਬਾਤ ਕਰਾਂਗੇ ਅਤੇ ਇਹ ਪ੍ਰੋਗਰਾਮ ਦੇ ਵਿੱਚ ਪੂਰਾ ਪ੍ਰੋਗਰਾਮ ਜੋ ਹੈ ਡੈਡੀਕੇਟ ਕਰ ਰਹੇ ਹਾਂ ਅੱਜ ਦੋ ਸ਼ਖਸੀਅਤਾਂ ਨੂੰ ਅਸੀਂ ਇੱਥੇ ਬੁਲਾਇਆ ਹੈ ਜਿਨ੍ਹਾਂ ਦੇ ਵਿੱਚ ਕਿ ਇੱਕ ਸ਼ਖਸੀਅਤ ਸਾਧੂ ਬਿਨਿੰਗ ਇਹ ਵਿਸ਼ਵਾਸ ਕਰਦੇ ਨੇ ਕਿ ਰੱਬ ਜੋ ਹੈ ਇਹ ਕੋਈ ਹੋਂਦ ਨਹੀਂ ਹੈ ਧਰਮ ਜੋ ਹੈ ਇਹ ਲੋਕਾਂ ਨੂੰ ਨਾ ਕਿ ਜੋੜ ਰਿਹਾ ਬਲਕਿ ਤੋੜ ਰਿਹਾ ਇੱਕ ਦੂਸਰੇ ਨਾਲੋਂ ਦੂਸਰੇ ਪਾਸੇ ਗਿਆਨੀ ਜਸਬੀਰ ਸਿੰਘ ਜੀ ਜਿਹੜੇ ਕਿ ਗੁਰਦੁਆਰਾ ਸਾਹਿਬ ਅਕਾਲੀ ਸਿੰਘ ਸਿੱਖ ਸੁਸਾਇਟੀ ਨਾਲ ਬੜੇ ਲੰਮੇ ਸਮੇਂ ਤੋਂ ਐਜ਼ ਅ ਮੁੱਖ ਪ੍ਰੀਸਟ ਉੱਤੇ ਸੇਵਾ ਨਿਭਾ ਰਹੇ ਨੇ ਅਤੇ ਉਹਨਾਂ ਦਾ ਦ੍ਰਿੜ ਵਿਸ਼ਵਾਸ ਹੈ ਕਿ ਧਰਮ ਜੋ ਹੈ ਇਹ ਜੀਵਨ ਵਿੱਚ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਜੀਵਨ ਦੇ ਇੱਕ ਦਿਸ਼ਾ ਦਿੰਦਾ ਹੈ ਅਤੇ ਸਹੀ ਮਾਰਗ 'ਤੇ ਤੋਰਦਾ ਹੈ ਆਓ ਇਸੇ ਸੰਬੰਧ ਵਿੱਚ ਅੱਜ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਸਭ ਨੂੰ ਜੈ ਨੂੰ ਕਹਿੰਦੇ ਹਾਂ ਜੈ ਨੂੰ ਜੀ ਵੈਲਕਮ ਟੂ ਦ ਪ੍ਰੋਗਰਾਮ ਬਹੁਤ ਸ਼ੁਕਰੀਆ ਜੈ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਾਧੂ ਬਿਨਿੰਗ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਥੋੜ੍ਹਾ ਜਿਹਾ ਪਿਛੋਕੜ ਤੁਹਾਡਾ ਕਿ ਤੁਸੀਂ ਕਿੰਨੀ ਦੇਰ ਤੋਂ ਕੈਨੇਡਾ ਵਿੱਚ ਆਏ ਹੋ ਅਤੇ ਜਿਹੜੀ ਤੁਸੀਂ ਨਾਸਤਿਕਤਾ ਦੇ ਵਿੱਚ ਬਿਲੀਵ ਕਰਦੇ ਹੋ ਇਹ ਕਿਵੇਂ ਤੁਹਾਡੇ ਜੀਵਨ ਵਿੱਚ ਇਸ ਚੀਜ਼ ਨੂੰ ਜੋੜਿਆ ਤੁਸੀਂ ਹਾਂਜੀ ਮੈਂ ਕੈਨੇਡਾ ਦੇ ਪਿਛਲੇ 45 ਸਾਲ ਤੋਂ ਰਹਿ ਰਿਹਾ ਜੀ 67 ਵਿੱਚ ਆਇਆ ਸੀ ਅਤੇ ਤਕਰੀਬਨ ਉਦੋਂ ਕਈ ਜਿਹੜੇ ਮੇਰੇ ਸੋਚ ਜਿਹੜੀ ਮੇਰੀ ਵਿਚਾਰ ਕੁਛ ਬਦਲਣੇ ਸ਼ੁਰੂ ਹੋ ਗਏ ਸੀ ਅਤੇ ਇੱਥੇ ਆਉਣ ਤੋਂ ਥੋੜ੍ਹੀ ਦੇਰ ਬਾਅਦ ਮਤਲਬ ਕੁਛ ਇੰਡੀਆ ਦੇ ਵਿੱਚ ਮੇਰੇ ਜਿਹੜੇ ਵਿਚਾਰ ਉਹ ਇੱਧਰ ਨੂੰ ਜਾ ਰਹੇ ਸੀਗੇ ਜੀ ਅਤੇ ਸੋ ਉਦੋਂ ਤੋਂ ਮੈਂ ਜਿਹੜਾ ਕਹਿ ਸਕਦੇ ਹਾਂ ਵੀ ਨਾਸਤਿਕ ਵਿਚਾਰਾਂ ਦਾ ਧਾਰਨੀ ਹਾਂ ਜੀ ਅਤੇ ਲੰਮਾ ਸਮਾਂ ਮਤਲਬ ਮੈਂ ਇਹਨੂੰ ਕੋਈ ਬਾਹਲੀ ਅਹਿਮੀਅਤ ਨਹੀਂ ਦਿੱਤੀ ਆਪਣੇ ਜੀਵਨ ਦੇ ਵਿੱਚ ਸੋ ਸਾਰੇ ਜਿਹੜੇ ਕੰਮ ਕਾਰ ਜਿਵੇਂ ਮਤਲਬ ਮੇਰਾ ਵਿਆਹ ਵੀ ਗੁਰਦੁਆਰੇ ਦੇ ਵਿੱਚ ਹੋਇਆ ਜੇ ਇਸ ਕਿਸਮ ਦੀਆਂ ਗੱਲਾਂ ਬਾਤਾਂ ਉਹਦੇ 'ਚ ਮੈਨੂੰ ਕਦੀ ਕੋਈ ਦਿੱਕਤ ਨਹੀਂ ਹੁਣ ਵੀ ਨਹੀਂ ਆਉਂਦੀ ਹੈ ਜੀ ਅਤੇ ਉਹ ਸੋ ਮੈਂ ਉਹਨੂੰ ਮਤਲਬ ਮੇਰੇ ਇੱਕ ਜੀਵਨ ਦਾ ਹਿੱਸਾ ਸੀ ਸੋਚ ਦਾ ਇੱਕ ਹਿੱਸਾ ਸੀ ਦੇਖਣ ਦਾ ਦੁਨੀਆ ਨੂੰ ਨਜ਼ਰੀਆ ਅਤੇ ਮੈਂ ਉਹਦੇ 'ਚ ਆਪਣੇ ਆਪ ਨੂੰ ਕਾਫੀ ਖੁਸ਼ ਮਹਿਸੂਸ ਕਰਦਾ ਸੀ ਕਿ ਮੇਰੇ ਮਨ ਦੇ ਉੱਤੇ ਇੱਕ ਬੋਝ ਨਹੀਂ ਹੈ ਕੋਈ ਬੰਦਿਸ਼ਾਂ ਨਹੀਂ ਵੀ ਮੈਂ ਇਸ ਦਿਨ ਆਹ ਕਰਨਾ ਜਾਂ ਉਸ ਦਿਨ ਉਹ ਕਰਨਾ ਜਾਂ ਸਵੇਰੇ ਆਹ ਕਰਨਾ ਜਾਂ ਸ਼ਾਮ ਨੂੰ ਉਹ ਕਰਨਾ ਆਜ਼ਾਦ ਕਿਸਮ ਦੀ ਜਿਹੜੀ ਮੇਰੀ ਹੋਂਦ ਸੀਗੀ ਅਤੇ ਪਰ ਹੁਣ ਕੁਛ ਸਾਲਾਂ ਤੋਂ ਮੈਂ ਇਹ ਆਪਣੇ ਆਪ ਨੂੰ ਚੈਲੰਜ ਕਰ ਰਿਹਾ ਸੀ ਵੀ ਕੀ ਮੈਂ ਸੱਚਮੁੱਚ ਇਹਨਾਂ ਗੱਲਾਂ ਦਾ ਵੀ ਯਕੀਨ ਕਰਦਾ ਜਾਂ ਮੈਨੂੰ ਇਹਦੇ ਬਾਰੇ ਕੀ ਪਤਾ ਆ ਜੀ ਸੋ ਇਸ ਸੰਬੰਧ ਦੇ ਵਿੱਚ ਮੈਂ ਪਿਛਲੇ ਕੁਛ ਸਾਲਾਂ ਦੇ ਵਿੱਚ ਗੰਭੀਰਤਾ ਨਾਲ ਇਸ ਪਾਸੇ ਜਿਹੜਾ ਉਹ ਪੜ੍ਹਿਆ ਸਟੱਡੀ ਕੀਤੀ ਹੈਗੀ ਆ ਅਤੇ ਮੈਂ ਮਤਲਬ ਹੁਣ ਇਹਨਾਂ ਵਿਚਾਰਾਂ ਦੇ ਵਿੱਚ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਪੱਕਾ ਹੈਗਾ ਹਾਂ ਅਤੇ ਮੈਂ ਸਮਝਦਾ ਕਿ ਅਸਲ ਦੇ ਵਿੱਚ ਜਿਹੜੀ ਦੁਨੀਆ ਆ ਉਹਦਾ ਜਿਹੜਾ ਆਪਾਂ ਕਹਿ ਸਕਦੇ ਧਾਰਮਿਕ ਸ਼ਬਦਾਂ ਵਿੱਚ ਉਤਾਰਾ ਜਿਹੜਾ ਆ ਉਹ ਨਾਸਤਿਕ ਬਣ ਕੇ ਹੀ ਹੋ ਸਕਦਾ ਆ ਅਤੇ ਆਸਤਿਕ ਦਾ ਅਸੀਂ ਮਤਲਬ ਹੁਣ ਇੰਨੀ ਦੇਰ ਦੇ ਅਸੀਂ ਦੇਖਦੇ ਹਾਂ ਸਦੀਆਂ ਤੋਂ ਅਸੀਂ ਮਤਲਬ ਇਹ ਹਰ ਜਿਹੜਾ ਜਿਹੜੀ ਪਰਮਾਤਮਾ ਦਾ ਜਿਹੜਾ ਉਹਦਾ ਕੀਤਾ ਹੈਗਾ ਆ ਉਹਨੂੰ ਪੂਜਾ ਕੀਤੀ ਆ ਅਰਦਾਸਾਂ ਕੀਤੀਆਂ ਹੈਗੀਆਂ ਕਿਸੇ ਪਾਸੇ ਉਹਨਾਂ ਦਾ ਕੋਈ ਖਾਸ ਅਸਰ ਨਹੀਂ ਦੇਖਣ ਨੂੰ ਮਿਲਦਾ ਵਿਸ਼ਵਾਸ ਹੈਗਾ ਤੁਸੀਂ ਕਿਸੇ 'ਚ ਵੀ ਕਰ ਸਕਦੇ ਹਾਂ ਪਰ ਜੇ ਤੁਸੀਂ ਵਿਗਿਆਨਕ ਤਰੀਕੇ ਦੇ ਨਾਲ ਉਹ ਕਿਸੇ ਨੂੰ ਵੀ ਉਹਨੂੰ ਦੇਖੋ ਅਤੇ ਕੋਈ ਨਾ ਪਰਮਾਤਮਾ ਦੀ ਹੋਂਦ ਕਿਸੇ ਪਾਸੇ ਨਜ਼ਰ ਆਉਂਦੀ ਹੈਗੀ ਆ ਅਤੇ ਨਾ ਹੀ ਕੋਈ ਜਿਹੜੇ ਜਿਹੜੇ ਉਹਦੇ ਨਾਂ ਨਾਲ ਸਾਰੇ ਜਿਹੜੇ ਵਰਤਾਰੇ ਲਾਏ ਜਾਂਦੇ ਚਮਤਕਾਰ ਲਾਏ ਜਾਂਦੇ ਆ ਉਹਨਾਂ ਦੀ ਕਿਸੇ ਕਿਸਮ ਦੀ ਵੀ ਕੋਈ ਹੋਂਦ ਜ਼ਾਹਰ ਹੈਗੀ ਆ ਬਹੁਤ ਖੂਬ ਜੀ ਇਸ ਦੇ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ ਯਾਨੀ ਜਸਬੀਰ ਸਿੰਘ ਜੀ ਥੋੜ੍ਹਾ ਜਿਹਾ ਤੁਹਾਡਾ ਪਿਛੋਕੜ ਕਦੋਂ ਤੁਸੀਂ ਇੱਥੇ ਆਏ ਅਤੇ ਜਿਹੜਾ ਇਸ ਰਸਤੇ 'ਤੇ ਤੁਸੀਂ ਤੁਰਨਾ ਸ਼ੁਰੂ ਕੀਤਾ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰੇਰਿਤ ਕੀਤਾ ਜੀ ਮੈਨੂੰ ਇੱਥੇ ਆਇਆ 25 ਸਾਲ ਹੋ ਚੱਲੇ ਆ ਜੀ ਅਤੇ ਮੈਂ ਖੈਰ ਕਿਉਂਕਿ ਸਿੱਖ ਪਰਿਵਾਰ 'ਚ ਪੈਦਾ ਹੋਇਆ ਪਹਿਲਾਂ ਸੁਭਾਵਕ ਆ ਕੇ ਜਦੋਂ ਬੱਚਾ ਪੈਦਾ ਹੁੰਦਾ ਜੋ ਮਾਪਿਆਂ ਦਾ ਵਿਸ਼ਵਾਸ ਹੁੰਦਾ ਅਤੇ ਬੱਚੇ ਦਾ ਹੁੰਦਾ ਰਾਈਟ ਖੈਰ ਮੇਰਾ ਵੀ ਸ਼ੁਰੂ 'ਚ ਵਿਸ਼ਵਾਸ ਇਹੀ ਸੀ ਪਰ ਜਿਵੇਂ ਜਿਵੇਂ ਵੱਡਾ ਹੋਇਆ ਪਰ ਮੈਨੂੰ ਜੋ ਆਸੇ ਦੁਆਲੇ ਆਲੇ ਦੁਆਲੇ ਦੇਖਿਆ ਰਾਈਟ ਅਤੇ ਮੈਨੂੰ ਥੋੜ੍ਹੀ ਨਿਰਾਸ਼ਤਾ ਵੀ ਹੋਈ ਮੈਂ ਕਾਫੀ ਫਰਸਟ੍ਰੇਟ ਵੀ ਹੋਇਆ ਵੀ ਫਿਰ ਜਿਉਂ ਜਿਉਂ ਮੈਂ ਸਟੱਡੀ ਕੀਤੀ ਜੀ ਮੈਨੂੰ ਸਿੱਖ ਮਿਸ਼ਨਰੀ ਕਾਲਜ ਪੜ੍ਹਨ ਦਾ ਮੌਕਾ ਮਿਲਿਆ ਰਾਈਟ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਮੈਂ ਅਧਿਐਨ ਕਰਨਾ ਸ਼ੁਰੂ ਕੀਤਾ ਫਿਰ ਮੈਨੂੰ ਲੱਗਾ ਮਹਿਸੂਸ ਹੋਇਆ ਕਿ ਅਸਲ ਵਿੱਚ ਗੁਰੂ ਸਾਹਿਬ ਨੇ ਜੋ ਸਾਨੂੰ ਆਖਿਆ ਅਸੀਂ ਉਹਨੂੰ ਫਾਲੋ ਨਹੀਂ ਕਰ ਰਹੇ ਜੀ ਜੇਕਰ ਅਸੀਂ ਫਾਲੋ ਨਹੀਂ ਕਰ ਰਹੇ ਇਹਦੇ ਵਿੱਚ ਧਰਮ ਦਾ
ਕੋਈ ਕਸੂਰ ਨਹੀਂ, ਬਲਕਿ ਜਿਹੜੇ ਧਰਮ ਨੂੰ ਇਹਨਾਂ ਨੇ ਇੱਕ ਢਾਲ ਬਣਾਇਆ ਹੋਇਆ ਜੀ, ਉਹਨਾਂ ਲੋਕਾਂ ਦਾ ਕਸੂਰ ਆ। ਰਾਈਟ। ਉਹਦੇ ਇਸ ਲਈ ਮੈਂ ਜ਼ਰੂਰੀ ਸਮਝਿਆ ਕਿ ਸਾਨੂੰ ਜਿਹਨਾਂ ਲੋਕਾਂ ਨੇ ਧਰਮ ਦਾ ਬੁਰਕਾ ਪਹਿਨਿਆ ਹੋਇਆ ਪਰ ਧਰਮ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਜੀ, ਪਰ ਉਹਨਾਂ ਨੂੰ ਦੇਖ ਕੇ ਆਮ ਲੋਕ ਜਿਹੜੇ ਆ ਉਹਨਾਂ ਦਾ ਧਰਮ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ। ਰਾਈਟ। ਇਸ ਲਈ ਮੈਂ ਪਿਛਲੇ ਕੁਝ ਸਮੇਂ ਤੋਂ ਕਲਮੀ ਵੀ ਉਠਾਈ ਆ, ਔਰ ਮੈਂ ਆਪਣੇ ਜਿਹੜੇ ਲੈਕਚਰ ਵਿਖਿਆਣ ਆ ਜੀ, ਮੈਂ ਉਹਨਾਂ ਰਾਹੀਂ ਜਿੰਨੀ ਕੁ ਮੈਨੂੰ ਸਮਝ ਅਜੇ ਆਈ ਆ, ਮੈਂ ਕੋਸ਼ਿਸ਼ ਕਰਦਾ ਕਿ ਜੋ ਕਨਸੈਪਟ ਆ ਇਸ ਧਰਮ ਦਾ ਰਾਈਟ ਉਹ ਲੋਕਾਂ ਦੇ ਸਾਹਮਣੇ ਰੱਖਿਆ ਜਾਏ। ਰਾਈਟ। ਇਸ ਲਈ ਮੇਰਾ ਜਿਹੜਾ ਵਿਸ਼ਵਾਸ ਆ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪਕੇਰਾ। ਓਕੇ। ਬਿਨਕ ਸਾਹਿਬ, ਆਮ ਤੌਰ ਦੇ ਉੱਤੇ ਜੋ ਸਾਡੀ ਸੋਚ ਹੈਗੀ ਹੈ ਜਦੋਂ ਨਾਸਤਿਕਤਾ ਦੀ ਗੱਲ ਕਰਦੇ ਹਾਂ ਤਾਂ ਇੱਕ ਵੱਖਰੇ ਨਜ਼ਰੀਏ ਨਾਲ ਵੇਖਿਆ ਜਾਂਦਾ ਲੋਕਾਂ ਵੱਲੋਂ, ਉਹਦੇ ਬਾਰੇ ਮੈਂ ਚਾਹਾਂਗਾ ਕਿ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਹੈਗਾ ਕਿ ਜਿਹੜੀ ਤੁਸੀਂ ਇਹ ਸੋਚ ਨੂੰ ਲੈ ਕੇ ਅੱਗੇ ਆ ਰਹੇ ਹੋ ਕਿ ਰੱਬ ਨਹੀਂ ਐਗਜ਼ਿਸਟ ਕਰਦਾ ਜਾਂ ਇਹ ਨਹੀਂ ਅਤੇ ਉਹ ਨਹੀਂ, ਇਹਦੇ ਨਾਲ ਹਰ ਚੀਜ਼ ਨੂੰ ਵਿਗਿਆਨਕ ਤੌਰ 'ਤੇ ਜਾਂ ਸਿਰਫ ਦਿਮਾਗੀ ਤਲ 'ਤੇ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਕਿਵੇਂ ਲੋਕਾਂ ਦੇ ਵਿੱਚ ਤੁਹਾਨੂੰ ਪਰਸੀਵ ਕੀਤਾ ਜਾਂਦਾ ਅਤੇ ਖਾਸ ਤੌਰ 'ਤੇ ਆਪਣੇ ਭਾਈਚਾਰੇ ਵਿੱਚ? ਪਹਿਲੀ ਤਾਂ ਗੱਲ, ਜਿਹੜੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਆ ਉਹ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹੈ ਜੀ, ਉਹ ਸਮਝਦੇ ਵੀ ਇਸ ਬੰਦੇ ਨੂੰ ਹੋਰ ਕੋਈ ਕੰਮ ਨਹੀਂ ਹੈ ਤਾਂ ਇਹ ਕਰਨ ਡਿਆ, ਮਤਲਬ ਕਿ ਅੱਗੇ ਸਮਾਜ ਦੇ ਵਿੱਚ ਸਮੱਸਿਆਵਾਂ ਥੋੜ੍ਹੀਆਂ ਜਿਹੜੀਆਂ ਹੋਰ ਪੈਦਾ ਕਰਨੀਆਂ, ਮਤਲਬ ਇੱਕ ਨਾਸਤਕ ਦਾ ਰੌਲਾ ਪਾ ਕੇ ਜੀ, ਅਤੇ ਜਿਹੜੇ ਧਾਰਮਿਕ ਲੋਕ ਹੈਗੇ ਆ ਉਹ ਬਿਲਕੁਲ ਆਲਮੋਸਟ ਇੱਕ ਤਰ੍ਹਾਂ ਦੇ ਕਹਿ ਸਕਦੇ ਵੀ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਆ, ਅਤੇ ਉਹ ਮਤਲਬ ਜੇ ਕਿਸੇ ਨੂੰ ਗਾਲ ਵੀ ਕੱਢਣੀ ਹੋਵੇ ਤਾਂ ਉਹਨੂੰ ਨਾਸਤਕ ਕਹਿ ਦਿੰਦੇ ਆ, ਜਾਂ ਕੌਮਨਿਸਟ ਕਹਿ ਦਿੰਦੇ ਆ ਜਾਂ ਨਾਸਤਕ ਕਹਿ ਦਿੰਦੇ ਆ। ਸੋ ਮੈਂ ਸਮਝਦਾ ਕਿ ਜਿਹੜੀ ਨਾਸਤਕ ਵਿਚਾਰਾਂ ਦੀ ਮਤਲਬ ਜਿਸ ਕਿਸਮ ਦੀ ਇਸ ਵੇਲੇ ਸਾਡੇ ਸਮਾਜ ਦੀ ਸਥਿਤੀ ਆ ਜੀ, ਉਹ ਕੋਈ ਬਾਹਲੀ ਵਧੀਆ ਨਹੀਂ ਹੈ। ਅਸੀਂ ਕੈਨੇਡਾ 'ਚ ਰਹਿ ਰਹੇ ਹਾਂ ਜਿੱਥੇ ਮਤਲਬ ਅਸੀਂ ਬਰਾਬਰਤਾ ਦਾ ਸਮਾਜ ਸਿਰਜਿਆ ਅਤੇ ਸਿਰਜ ਰਹੇ ਹਾਂ ਜੀ, ਹਰ ਕਿਸਮ ਦੇ ਅਸੀਂ ਵੱਖਰੇ ਵੱਖਰੇ ਮਤਲਬ ਲੋਕਾਂ ਨੂੰ, ਵੱਖਰੇ ਵੱਖਰੇ ਪਹਿਰਾਵੇ ਵਾਲਿਆਂ ਨੂੰ, ਵੱਖਰੇ ਵੱਖਰੇ ਵਿਚਾਰਾਂ ਵਾਲਿਆਂ ਨੂੰ ਅਸੀਂ ਉਹਨਾਂ ਨੂੰ ਮਾਨਤਾ ਦਿੰਦੇ ਹੈਗੇ ਹਾਂ ਜੀ, ਪਰ ਸਾਡੇ ਭਾਈਚਾਰੇ ਦੇ ਵਿੱਚ ਨਾਸਤਕ ਲੋਕ ਜਿਹੜੇ ਆ ਮੇਰੇ ਖਿਆਲ ਦੇ ਵਿੱਚ ਜੀ, ਪਰ ਮੈਨੂੰ ਆਪਣਾ ਜਾਤੀ ਪੱਧਰ 'ਤੇ ਕਦੀ ਕੋਈ ਇਹੋ ਜਿਹਾ ਤਜਰਬਾ ਨਹੀਂ ਹੋਇਆ ਮੈਨੂੰ ਕਿਸੇ ਨੇ ਕੋਈ ਬੁਰਾ ਭਲਾ ਕਿਹਾ ਹੋਵੇ। ਰਾਈਟ। ਨਹੀਂ ਮੈਂ ਕਹਿ ਰਿਹਾ ਠੀਕ, ਪਰ ਜਨਰਲ ਤੌਰ 'ਤੇ ਜਿਹੜੀ ਮਤਲਬ ਨਾਸਤਿਕਤਾ ਨਾਸਤਕ ਲੋਕਾਂ ਬਾਰੇ ਨਜ਼ਰੀਆ ਉਹ ਥੋੜ੍ਹਾ ਜਿਹਾ ਚੈਲੰਜ ਕਰਨ ਵਾਲਾ, ਮੈਂ ਸਮਝਦਾ ਵੀ ਉਹ ਉਹਦੇ 'ਚ ਥੋੜ੍ਹਾ ਜਿਹਾ ਮੈਨੂੰ ਨੁਕਸ ਲੱਗਦਾ ਆ। ਰਾਈਟ। ਕੋਈ ਵੀ ਮਤਲਬ ਇੰਨੇ ਸਤਿਕਾਰ ਨਾਲ ਨਹੀਂ ਦੇਖਦਾ ਹੈ ਠੀਕ ਜਿੰਨੇ ਨਾਲ ਦੇਖਿਆ ਜਾਣਾ ਚਾਹੀਦਾ, ਕਿਉਂਕਿ ਜੇ ਤੁਸੀਂ ਦੇਖੋ ਤਾਂ ਜਿਹੜੇ ਨਾਸਤਕ ਲੋਕ ਆ ਉਹ ਕਿਤੇ ਅੱਜ ਨਹੀਂ ਸ਼ੁਰੂ ਹੋਏ, ਮੈਂ ਮਤਲਬ ਮੈਂ ਕਹਿ ਰਿਹਾ ਵੀ ਮੈਂ 45 ਸਾਲਾਂ ਦੇ ਹਾਂ। ਰਾਈਟ। ਪਰ ਜਦੋਂ ਜੀਸਸ ਕ੍ਰਾਈਸਟ ਜਿਹੜਾ ਹੈ ਉਹ 2000 ਸਾਲ ਪਹਿਲਾਂ ਹੋਇਆ ਸੀ, ਸਾਡੇ ਚਾਰ ਵਾਕ ਜਿਹੜਾ ਉਹ 2600 ਸਾਲ ਪਹਿਲਾਂ ਹੋਇਆ ਸੀ, ਬੁੱਧ 2500 ਸਾਲ ਪਹਿਲਾਂ ਹੋਇਆ ਸੀ, ਉਹ ਲੋਕ ਨਾਸਤਿਕ ਸੀਗੇ। ਔਰ ਬਹੁਤ ਸਾਰੇ ਜਿਹੜੇ ਉਸ ਸਮੇਂ ਦੇ ਲੋਕ ਸੀਗੇ ਜਿਹੜੀਆਂ ਸਾਡੇ ਜਿਹੜੇ ਵੱਡੇ ਦਰਸ਼ਨ ਸੀ ਹਿੰਦੁਸਤਾਨ ਦੇ ਉਹ ਨਾਸਤਿਕ ਸੀਗੇ। ਰਾਈਟ। ਸੋ ਜਿਹੜੀ ਇਹ ਕੋਈ ਸੋਚ ਨਵੀਂ ਨਹੀਂ ਹੈ, ਪਰ ਜਿਸ ਤਰ੍ਹਾਂ ਹੁਣ ਇਸ ਵੇਲੇ ਮਾਹੌਲ ਹੈਗਾ ਆ, ਸਾਰੀ ਦੀ ਸਾਰੀ ਸਪੇਸ ਜਿਹੜੀ ਆ ਉਹ ਧਾਰਮਿਕ ਲੋਕਾਂ ਦੇ ਕੋਲ ਹੈਗੀ ਆ। ਰਾਈਟ। ਅਤੇ ਮਤਲਬ ਆਪਾਂ ਕਿਸੇ ਪਾਸੇ ਕਿਸੇ ਮੀਡੀਆ ਦੇਖ ਲਓ, ਕਿਸੇ ਪਾਸੇ ਦੇਖ ਲਓ, ਕਿੰਨੇ ਗੁਰਦੁਆਰੇ, ਕਿੰਨੇ ਚਰਚ, ਕਿੰਨੇ ਮੰਦਰ, ਮਸੀਤਾਂ, ਉਹਦੇ 'ਚ ਮਤਲਬ ਕਿੰਨਾ ਜ਼ਿਆਦਾ ਪ੍ਰਚਾਰ ਹੋ ਰਿਹਾ। ਔਰ ਜੇ ਤੁਸੀਂ ਧਿਆਨ ਨਾਲ ਸੁਣੋ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਜਿੰਨੇ ਵੀ ਬੰਦੇ ਆਉਂਦੇ ਆ ਉਹ ਆਲੋਚਨਾ ਕਰ ਰਹੇ ਹੁੰਦੇ ਆ ਵੀ ਲੋਕ ਇਹਨੂੰ ਠੀਕ ਤਰ੍ਹਾਂ ਫੋਲੋ ਨਹੀਂ ਕਰ ਰਹੇ ਜੀ। ਜੇ ਮਤਲਬ 2 ਬੰਦੇ ਨਹੀਂ ਫੋਲੋ ਕਰਦੇ, 4 ਨਹੀਂ ਕਰਦੇ, 10 ਨਹੀਂ ਕਰਦੇ, 1000 ਨਹੀਂ ਕਰਦੇ, ਤੁਸੀਂ ਕਹਿ ਸਕਦੇ ਇਹਦੇ 'ਚ ਨੁਕਸ ਆ। ਜੇ ਮਤਲਬ ਮਿਲੀਅਨ ਲੋਕ ਜਿਹੜੇ ਆ ਸਾਰੇ ਦੇ ਸਾਰੇ ਲੋਕ ਜਿਹੜੇ ਨਹੀਂ ਫੋਲੋ ਕਰ ਰਹੇ ਤਾਂ ਫਿਰ ਤੁਹਾਨੂੰ ਇਹ ਦੇਖਣਾ ਪਊਗਾ ਵੀ ਲੋਕਾਂ 'ਚ ਨੁਕਸਿਆ ਜਾਂ ਇਸ ਚੱਕਰ 'ਚ ਨੁਕਸਿਆ ਕੋਈ। ਓਕੇ। ਸੋ ਉੱਧਰਲੇ ਪਾਸੇ ਵੀ ਤੁਹਾਨੂੰ ਉਹਨੂੰ ਦੇਖਣਾ ਪਊਗਾ ਵੀ ਹੋ ਸਕਦਾ ਇਹਦੇ 'ਚ ਕੋਈ ਨੁਕਸ ਹੋਵੇ। ਸੋ ਉਹ ਕਿਹੜਾ ਨੁਕਸ ਜਿਹੜਾ ਤੁਸੀਂ ਜਿਸ ਦੇ ਬਾਰੇ ਜ਼ਿਕਰ ਕਰਦੇ ਹੋ ਕਿ ਤੁਹਾਡੀ ਜਿਹੜੀ ਨਾਸਤਿਕਤਾ ਦੀ ਜਿਹੜੀ ਸੋਚ ਹੈਗੀ ਉਹ ਕੀ ਹੈਗੀ, ਉਹਦੇ ਬਾਰੇ ਅੱਜ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਸਾਂਝ ਪਾਓ, ਕਿਉਂਕਿ ਇਹ ਡਿਸਕਸ਼ਨ ਜਿਹੜੀ ਅਸੀਂ ਕਰਨੀ ਇਹਦੇ ਵਿੱਚ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਪੱਖ ਜਿਹੜਾ ਉਹ ਰੱਖੋ, ਉਸ ਤੋਂ ਬਾਅਦ ਗਿਆਨੀ ਜੀ ਨਾਲ ਜਿਹੜੇ ਹੈਗੇ ਨੇ ਉਹ ਧਾਰਮਿਕ ਪੱਖ ਤੋਂ ਜਿਹੜਾ ਹੈਗਾ ਤੁਸੀਂ ਜਿਹੜੀ ਚੀਜ਼ ਨੂੰ ਲੈ ਕੇ ਆ ਰਹੇ ਹੋ ਉਹਦੇ ਬਾਰੇ ਗੱਲ ਕਰੋ। ਸੋ ਜਿਹੜੀ ਮਤਲਬ ਉਹ ਹੈਗੀ ਹੈ ਕਿ ਭੁਲੇਖੇ 'ਤੇ ਖੜੀ ਹੈ ਸਾਰੀ ਜੀ, ਮਤਲਬ ਜਦੋਂ ਜਿਵੇਂ ਮਤਲਬ ਜਦੋਂ ਸਾਨੂੰ ਨਹੀਂ ਸੀ ਪਤਾ ਬਹੁਤ ਸਾਰੀਆਂ ਗੱਲਾਂ ਦਾ ਕੁਦਰਤੀ ਵਰਤਾਰਿਆਂ ਦਾ, ਉਦੋਂ ਇਹ ਗੱਲ ਮੰਨਣੀ ਠੀਕ ਸੀ ਵੀ ਹਾਂ ਵੀ ਆ ਕੋਈ ਸ਼ਕਤੀ ਕਰਦੀ ਆ, ਕੋਈ ਪਰਮਾਤਮਾ ਆ ਜਾਂ ਕੋਈ ਬੰਦਾ ਇਹਨੂੰ ਸਾਰੇ ਦੇ ਸਾਰੇ ਵਿਸ਼ਵ ਨੂੰ ਉਹ ਹੈਂਡਲ ਕਰ ਰਿਹਾ, ਅਤੇ ਜਿਹੜਾ ਮੀਂਹ ਦਾ ਚੱਕਰ ਆ ਜਾਂ ਭੁਚਾਲ ਆ ਜਾਂ ਹੜ੍ਹ ਆ ਜਾਂ ਜੋ ਬਿਮਾਰੀਆਂ ਜਾਂ ਜੋ ਕੁਛ ਵੀ ਆ ਜੀ, ਉਹ ਸਾਰੀ ਕੋਈ ਮਤਲਬ ਇਸ ਕਿਸਮ ਦੀ ਸ਼ਕਤੀ ਆ ਜਿਹੜੀ ਉਹਨਾਂ ਨੂੰ ਕਰਦੀ ਹੈਗੀ ਜੀ। ਅੱਛਾ, ਹੁਣ ਜਿਹੜੀ ਵਿਗਿਆਨ ਨੇ ਸਾਨੂੰ ਪਿਛਲੇ 300-400 ਸਾਲ ਤੋਂ ਜਿਹੜੀ ਸੂਝ ਦਿੱਤੀ ਹੈਗੀ ਆ, ਪਹਿਲਾਂ ਲੋਕ ਜਿਹੜੇ ਆ ਉਹ ਇੱਕ ਵੱਖਰੇ ਤਰੀਕੇ ਨਾਲ ਜਿਹੜੀ ਗੱਲ ਕਰਦੇ ਸੀ ਰੱਬ ਦੇ ਖਿਲਾਫ, ਹੁਣ ਇੱਕ ਵੱਖਰੇ ਤਰੀਕੇ ਨਾਲ ਕੀਤੀ ਜਾ ਰਹੀ ਹੈ, ਵਿਗਿਆਨ ਦੇ ਨਾਲ ਕੀਤੀ ਜਾ ਰਹੀ ਆ, ਔਰ ਜਿਹੜੀ ਚੀਜ਼ ਵੀ ਧਰਮ ਨੇ ਕਿਹਾ ਵੀ ਆਹ ਹੈਗੀ ਆ ਉਹਨੂੰ ਚੈਲੰਜ ਕੀਤਾ ਵਿਗਿਆਨ ਨੇ, ਔਰ ਉਹਨੂੰ ਸਾਬਿਤ ਕੀਤਾ ਕਿ ਇਹ ਨਹੀਂ ਹੈ। ਹੁਣ ਅਖੀਰ ਤੱਕ ਗੱਲ ਪਹੁੰਚਣ ਵਾਲੀ ਆ ਜੀ, ਜਿੱਥੇ ਮਤਲਬ ਜਿਹੜਾ ਉਹ ਜਿਹਨੂੰ ਗੋਡ ਪਾਰਟੀਕਲ ਕਿਹਾ ਗਿਆ ਨਾ, ਉਹ ਅਸਲ ਦੇ ਵਿੱਚ ਕਿਸੇ ਵਿਗਿਆਨੀ ਨੇ ਉਹਨੂੰ ਗੋਡ ਡੈਮ ਪਾਰਟੀਕਲ ਕਿਹਾ ਸੀਗਾ, ਉਹ ਡੈਮ ਵਿੱਚ ਉੱਡ ਗਿਆ ਤਾਂ ਉਹ ਗੋਡ ਪਾਰਟੀਕਲ ਬਣ ਗਿਆ। ਸਾਨੂੰ ਕੁਛ ਸਾਡੇ ਕੁਛ ਲੋਕਾਂ ਨੇ ਸਮਝਿਆ ਵੀ ਉਹਨਾਂ ਨੇ ਗੋਡ ਪਾਰਟੀਕਲ ਲੱਭ ਲਿਆ, ਇਹ ਨਹੀਂ ਸੀ ਗੱਲ, ਉਹ ਇਹ ਆ ਵੀ ਉਹ
ਸਾਲ ਪਹਿਲਾਂ ਉੱਥੋਂ ਸ਼ੁਰੂ ਹੋਈ ਸੋ ਜਿਹੜੀ ਜਿਹੜੀ ਮਤਲਬ ਉਹਦੇ 'ਚ ਹੁਣ ਉਹ ਕਹਿ ਰਹੇ ਆ ਵੀ ਮਤਲਬ ਬੜੀ ਛੇਤੀ ਉਹਦਾ ਵੀ ਪੂਰਾ ਪਤਾ ਲੱਗ ਜਾਊਗਾ ਹਜੇ ਉਹਨਾਂ ਨੂੰ ਥੋੜ੍ਹੀ ਸ਼ੱਕ ਪੇਪੇ ਹੈਗਾ ਹੈ ਪਾਰਟੀ ਕੋਲ ਉਹਦੇ ਤੋਂ ਗਾਹਾਂ ਸਭ ਕੁਛ ਪਤਾ ਆ ਸੋ ਜਿਹੜੀ ਜਿਹੜੀ ਮਾੜੀ ਜਿਹੀ ਵੀ ਸ਼ੱਕ ਰਹਿੰਦੀ ਸੀਗੀ ਵੀ ਕੋਈ ਚੀਜ਼ ਹੈਗੀ ਆ ਉਹਦਾ ਵੀ ਪਤਾ ਲੱਗ ਜਾਣਾ ਸੋ ਜਿਹੜੀ ਜਿਹੜੀ ਇਹ ਸਾਰੀ ਧਰਮ ਦੀ ਸਾਰੀ ਸਾਰੇ ਧਰਮਾਂ ਦੀ ਉਹ ਇੱਕ ਝੂਠ ਦੇ ਉੱਤੇ ਬੇਸਡ ਹੈਗੀ ਆ ਔਰ ਮਤਲਬ ਉਹਦੇ 'ਤੇ ਬੇਸ ਕਰਕੇ ਫਿਰ ਤੁਸੀਂ ਮਤਲਬ ਉਹਦੇ ਤੋਂ ਡਰ ਦੇ ਨਾਲ ਇਹ ਪੈਦਾ ਕੀਤੀ ਜਾਂਦੀ ਆ ਰਾਈਟ ਔਰ ਮੰਨਣ ਦੇ ਤਰੀਕੇ ਇਸ ਤਰ੍ਹਾਂ ਵੀ ਮਤਲਬ ਇੱਕ ਇੱਕ ਆਪਣੇ ਕ੍ਰਿਸਚੀਅਨ ਹੋਇਆ ਹੈਗਾ ਪੈਸਕਲ ਉਹ ਕਹਿੰਦਾ ਸੀਗਾ ਵੀ ਜੇ ਤੁਸੀਂ ਨਹੀਂ ਮੰਨਦੇ ਅਤੇ ਫਰਜ ਕਰੋ ਰੱਬ ਹੈਗਾ ਆ ਤਾਂ ਤੁਸੀਂ ਫਸ ਗਿਆ ਤੁਹਾਨੂੰ ਉਹ ਨਰਕ ਹੀ ਸਿੱਟੂਗਾ ਜੇ ਤੁਸੀਂ ਮੰਨਦੇ ਆ ਉਹ ਨਾ ਹੋਇਆ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਹੋਇਆ ਤੁਹਾਨੂੰ ਫਾਇਦਾ ਹੋਊਗਾ ਹੈਨਾ ਠੀਕ ਸੋ ਇੱਕ ਇਸ ਫਾਰਮੂਲੇ ਦੇ ਨਾਲ ਵੱਡੀ ਦੁਨੀਆ ਜਿਹੜੀ ਆ ਉਹ ਇਸ ਫਾਰਮੂਲੇ ਨੂੰ ਮੰਨਦੀ ਆ ਵੀ ਜੇ ਨਾ ਵੀ ਹੋਇਆ ਤਾਂ ਕੋਈ ਨੁਕਸਾਨ ਨਹੀਂ ਹੋਣ ਲੱਗਾ ਅਤੇ ਜੇ ਹੋਇਆ ਤਾਂ ਮੈਂ ਨਾ ਮੰਨਦਾ ਹੋਇਆ ਤਾਂ ਮੈਨੂੰ ਨੁਕਸਾਨ ਹੋਊਗਾ ਸੋ ਜਿਹੜੀ ਜਿਹੜੀ ਇਹ ਆ ਦੂਜੀ ਇਹ ਆ ਵੀ ਜਿਸ ਤਰੀਕੇ ਨਾਲ ਹੁਣ ਤੱਕ ਜੋ ਕੁਛ ਵੀ ਧਰਮ ਨੇ ਕੀਤਾ ਜਾਂ ਕਰ ਰਿਹਾ ਜਾਂ ਮਤਲਬ ਬਿਮਾਰੀਆਂ ਦੀ ਗੱਲ ਆ ਕੁਛ ਵੀ ਗੱਲ ਆ ਉਹਦੇ 'ਚ ਕਿਸੇ ਪਾਸੇ ਵੀ ਇਹ ਕੋਈ ਸੈਂਸ ਨਹੀਂ ਬਣਦੀ ਪਈ ਅਸੀਂ ਕਿਸੇ ਪਰਮਾਤਮਾ ਨੂੰ ਮੰਨੀਏ ਜੇ ਹੋਵੇ ਵੀ ਫਿਰ ਵੀ ਉਹਨੂੰ ਮੰਨਣ ਦੀ ਲੋੜ ਇਹੋ ਜਿਹਾ ਕੋਈ ਵੀ ਇੱਕ ਇਨਸਾਨ ਵੀ ਨਹੀਂ ਹੋ ਸਕਦਾ ਉਹ ਜਿਹਨਾਂ ਨੂੰ ਅਸੀਂ ਟੀਵੀਆਂ 'ਚ ਦੇਖਦੇ ਹਾਂ ਨਾ ਜਿਹੜੇ ਵਿਲਨ ਹੁੰਦੇ ਆ ਉਦਾਂ ਦਾ ਅਸੀਂ ਦੇਖਦੇ ਹਾਂ ਵੀ ਉਹ ਉੱਥੇ ਬੈਠਾ ਆ ਸਾਨੂੰ ਉਹਦੀ ਪੂਜਾ ਕਰਨ ਦੀ ਲੋੜ ਹੈਗੀ ਆ ਉਹਨੂੰ ਮਨਾਉਣਾ ਪੈਣਾ ਆ ਇੱਕ ਨਿੱਕਾ ਜਿਹਾ ਬੱਚਾ ਕਿਹੜਾ ਪਾਪ ਕਰਕੇ ਆਉਂਦਾ ਇਸ ਦੁਨੀਆਂ ਦੇ ਵਿੱਚ ਉਹਨੂੰ ਕਿਉਂ ਰੱਬ ਨੂੰ ਮਨਾਉਣ ਦੀ ਲੋੜ ਹੈਗੀ ਆ ਜੇ ਰੱਬ ਹੋਊਗਾ ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਉਹਦੀ ਹੋਊਗੀ ਉਹ ਕਿਉਂ ਇਹ ਆਸ ਕਰੇ ਵੀ ਤੁਸੀਂ ਆਪਣਾ ਸਾਰਾ ਜੀਵਨ ਸਿਰਫ ਮੈਨੂੰ ਹੀ ਜਾਣਨ 'ਤੇ ਅਤੇ ਮੇਰੀ ਪੂਜਾ ਪਾਠ ਕਰਨ 'ਤੇ ਲਾਓ ਤਾਂ ਮੈਂ ਤੁਹਾਨੂੰ ਮਤਲਬ ਮੈਂ ਖੁਸ਼ ਹੋਊਂਗਾ ਰਾਈਟ ਉਹ ਮਤਲਬ ਕਿਸ ਕਿਸਮ ਦਾ ਅੱਜ ਤੱਕ ਉਹਨੇ ਕਦੀ ਆ ਕੇ ਦੱਸਿਆ ਨਹੀਂ ਜਦੋਂ ਮਿਲੀਅਨ ਮਿਲੀਅਨ ਲੋਕ ਮਾਰ ਦਿੱਤੇ ਜਾਂਦੇ ਆ ਦੂਜੇ ਧਰਮਾਂ ਦੇ ਨਾਂ ਦੇ ਉੱਤੇ ਔਰ ਇੰਨਾ ਕੁਛ ਹੁੰਦਾ ਆ ਅਤੇ ਮਤਲਬ ਆਪਣੇ ਵਿਚਾਰ ਲੋਕਾਂ ਦੇ ਇੱਦਾਂ ਦੇ ਆ ਵੀ ਬੱਸ ਦੇ ਵਿੱਚ ਮਤਲਬ 200 ਬੰਦਾ ਮਰ ਜਾਂਦਾ ਜੇ ਇੱਕ ਬੱਚਾ ਬਚ ਜਾਂਦਾ ਕਹਿੰਦੇ ਪਰਮਾਤਮਾ ਨੇ ਬਚਾ ਲਿਆ ਉਹ 199 ਮਾਰੇ ਆ ਉਹ ਪਰਮਾਤਮਾ ਕੇ ਦੱਸੇ ਵੀ ਉਹਨੇ ਕਿਉਂ ਮਾਰੇ ਆ ਉਹ ਸਾਰੇ ਹੀ ਮਤਲਬ ਉਹ ਮਤਲਬ ਨਾਸਤਿਕ ਸੀਗੇ ਜਾਂ ਸਾਰਿਆਂ ਨੇ ਬਦਮਾਸ਼ੀ ਕੀਤੀ ਸੀ ਉਹਨਾਂ 'ਚ ਹੋ ਸਕਦਾ ਬੱਚੇ ਹੋਣ ਜਿਹਨਾਂ ਨੇ ਕਦੀ ਵੀ ਕੋਈ ਹੇਰਾਫੇਰੀ ਨਾ ਕੀਤੀ ਹੋਵੇ ਇਹਦੇ ਬਾਰੇ ਹੋਰ ਗੱਲਬਾਤ ਕਰਨੀ ਜੀ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਜੀ ਵਾਪਸ ਆਵਾਂਗੇ ਇਸ ਤੋਂ ਬਾਅਦ ਗਿਆਨੀ ਜਸਬੀਰ ਸਿੰਘ ਜੀ ਨਾਲ ਸਾਂਝ ਪਾਵਾਂਗੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਧਰਮ ਦਾ ਆਧਾਰ ਜੋ ਹੈ ਝੂਠ ਹੈ ਡਰ ਹੈ ਕੀ ਵਾਕਿਆ ਵਿੱਚ ਇਹ ਹੈ ਜਾਂ ਇਸ ਤੋਂ ਕੁਝ ਹੋਰ ਹੈ